ਹਾਰ ਰਹਿਣ ਦਿਓ ਫਿਰ ਬੇਟੇ। ਮੈਂ ਬਿਲਕੁਲ 100% ਬੇਗੁਨਾਹ ਸੀਗਾ, ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇਹ ਕੈਦ ਕੱਟਣੀ ਪਈ ਆ। ਔਰ ਅਫਸੋਸ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਨੂੰ ਸਜ਼ਾ ਕਰ ਦਿੰਦੇ, ਮੈਨੂੰ ਅੰਦਰ ਕਰਦੇ, ਜਿੰਨੇ ਮਰਜ਼ੀ ਪਰਚੇ ਦਰਜ ਕਰ ਦਿੰਦੇ। ਇਸ ਗੱਲ ਦਾ ਥੋੜ੍ਹਾ ਰੰਜ ਮੇਰੇ ਦਿਲ ਵਿੱਚ ਹੈਗਾ। ਨੰਬਰ 1, ਹੈਵਿੰਗ ਸੈਡ ਦੈਟ, ਇਹ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ। ਮੈਂ ਆਪਣਾ ਇਹੀ ਐਨਾਲਾਈਜ਼ ਕੀਤਾ ਕਿ ਜੋ ਕੁਛ ਮੇਰੇ 'ਤੇ ਝੂਠੇ ਪਰਚੇ ਹੋਏ ਜੇ ਵੋ, ਇਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ, ਆਪਣੇ ਸੂਬੇ ਦੀ, ਆਪਣੀ ਕੌਮ ਦੀ ਗੱਲ ਕਰਦਾ ਰਿਹਾ, ਇਹ ਉਹਦੀ ਮੈਂ ਸਜ਼ਾ ਭੁਗਤੀ ਆ। ਸੱਚ ਬੋਲਣ ਦੀ ਸਜ਼ਾ ਭੁਗਤੀ ਆ। ਅਤੇ ਫਿਰ ਮੈਂ ਸਮਝਦਾ ਫਿਰ ਇਸ ਹਿਸਾਬ ਨਾਲ ਇਹ ਕੋਈ ਵੱਡੀ, ਇਹ ਬਹੁਤ ਵੱਡੀ ਕੋਈ ਸਜ਼ਾ ਨਹੀਂ ਗੀ, ਇਹ ਕੋਈ ਬਹੁਤ ਵੱਡੀ ਸਜ਼ਾ ਨਹੀਂ, ਕਿਉਂਕਿ ਜਦੋਂ ਮੈਂ ਨਿਗਾਹ ਮਾਰਦਾ ਲੈਫਟ ਰਾਈਟ, ਮਿਸਾਲ ਦੇ ਤੌਰ 'ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਆਸਾਮ ਦੀਆਂ ਜੇਲ੍ਹਾਂ ਵਿੱਚ ਬੈਠੇ ਨੇ, ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ, ਉਹਨਾਂ ਨੂੰ 1 ਸਾਲ ਲਈ ਨਜ਼ਰਬੰਦ ਨੇ, ਉਦੋਂ ਤਾਂ ਬਹੁਤ ਘੱਟ ਹੈਗੀ ਮੇਰੀ ਸਜ਼ਾ, ਸਮਝ ਗਏ। ਦੂਸਰਾ ਮੈਂ ਨਿਗਾਹ ਮਾਰੀ ਕਿ ਆਪਣੇ ਨਾਲ ਗੁਆਂਢੀ ਦੇਸ਼ ਆ ਪਾਕਿਸਤਾਨ, ਉੱਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹ ਮੇਰਾ ਆਈਡਲ ਵੀ ਹੈਗਾ, ਆਈ ਲਾਈਕ ਹਿਮ ਅਲੋਟ, ਔਰ ਬਹੁਤ ਅੱਛਾ ਆਦਮੀ ਆ। ਉਹਨੂੰ ਫੌਜ ਨੇ ਧੱਕੇ ਨਾਲ ਬਹੁਤ ਮਤਲਬ ਲੰਬੇ ਅਰਸੇ ਤੋਂ ਨਜ਼ਰਬੰਦ ਕੀਤਾ, ਉੱਤੇ ਜਦੋਂ ਨੂੰ ਉਹਦੀ ਇੱਕ ਕੇਸ ਵਿੱਚ ਬੇਲ ਹੁੰਦੀ ਹੈ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ, ਉਦੋਂ ਨੂੰ ਉਹਦੇ 'ਤੇ ਹੋਰ ਪਰਚਾ ਦਰਜ ਕਰ ਦਿੰਦੇ ਨੇ ਝੂਠਾ, ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ। ਸੋ ਜਦੋਂ ਤੀਸਰਾ ਮੈਂ ਕਿਉਂਕਿ ਆਈ ਬਿਲੋਂਗ ਟੂ ਬੇਸਿਕਲੀ ਅਕਾਲੀ ਬੈਕਗਰਾਊਂਡ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲ੍ਹਾਂ, ਕੋਈ ਪੰਜਾਬ ਦੀ ਜੇਲ੍ਹ ਹੀ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ। ਟੌੜਾ ਸਾਹਿਬ ਦੇ ਨਾਲ ਪਹਿਲਾਂ ਐਮਰਜੈਂਸੀ 'ਚ 1975 'ਚ ਉਹਨਾਂ ਨੂੰ ਅਰੈਸਟ ਕੀਤਾ ਸੀਗਾ, ਪੂਰੇ 19 ਮਹੀਨੇ ਕੱਟੇ, ਉੱਥੋਂ ਸ਼ੁਰੂ ਹੋ ਗਿਆ ਕੰਮ। ਫਿਰ 80 ਦੇ ਦਹਾਕੇ ਵਿੱਚ, 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਤਲਾ ਵਰਗੀਆਂ ਜਿਹੜੀਆਂ ਦੂਰ ਦੁਰਾਡੇ ਜੇਲ੍ਹਾਂ, ਉੱਥੇ ਲਗਭਗ ਸਾਲ ਕੱਟਿਆ, ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ, NSA ਲੱਗਦਾ ਸੀਗਾ। ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਉਂਦੀ ਇੱਦਾਂ ਗ੍ਰਿਫਤਾਰ ਕਰਦੀ, ਔਰ ਉਹ ਵੀ ਇੱਦਾਂ ਜਿੱਦਾਂ ਮਤਲਬ ਬੋਗਸ ਰਿਪੋਰਟਸ ਤਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਦੇਸ਼ ਧਰੋਹ ਦਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਇੱਦਾਂ ਗ੍ਰਿਫਤਾਰ ਕਰ ਲੈਂਦੇ। ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ, ਹੁਣ ਤਾਂ ਹੈ ਨਹੀਂ ਗੇ ਵਿਚਾਰੇ, ਉਹਨਾਂ ਨੇ ਮਤਲਬ ਰਿਪੀਟਡਲੀ ਜੇਲ੍ਹਾਂ ਕੱਟੀਆਂ, ਸਾਲ 6-6 ਮਹੀਨੇ, 1.5-1.5 ਸਾਲ, ਔਰ ਫਿਰ ਉਹਨਾਂ ਵੱਲ ਦੇਖਦਾ ਤਾਂ ਫਿਰ ਮੈਂ ਸੋਚਿਆ ਕਿ ਤੂੰ ਐਡਾ ਕਮਜ਼ੋਰ ਤਾਂ ਹੈ ਨਹੀਂ ਗਾ। ਤੋ ਇਸ ਕਰਕੇ ਉਹ ਬਾਕੀ ਉਹ ਅਕਾਲ ਪੁਰਖ ਵਾਹਿਗੁਰੂ ਆ, ਸ਼ਕਤੀ ਦੇਣ ਵਾਲਾ। ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਇਹਨੂੰ ਮੈਂਟਲੀ ਟੋਰਚਰ ਕਰੋ। ਮੇਰੇ ਬੈਰਿਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ, ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13-0 ਦੀਆਂ ਗੱਲਾਂ ਕਰਦੇ ਨੇ। ਐਡਾ ਛੋਟਾ ਦਿਲ ਹੈ, ਐਡਾ ਕਾਇਰ ਬੰਦਾ ਮੈਂ ਸਮਝਦਾ। ਇੱਕ ਤਾਂ ਹੁੰਦਾ ਨਾ, ਇੱਕ ਤਾਂ ਪਹਿਲੀ ਗੱਲ ਆ ਕਿ ਮੈਨੂੰ ਇਹ ਜਿਹੜੇ ਮੈਂ 110-115 ਦਿਨ ਜਿਹੜੇ ਕੱਟੇ ਨੇ, ਇਹ ਸੋਲਿਟਰੀ ਕਨਫਾਈਨਮੈਂਟ ਸੀ ਮੇਰਾ। ਮੈਂ ਜੇਲ੍ਹ 'ਚ ਕਿਸੇ ਨੂੰ ਮਿਲ ਨਹੀਂ ਸੀ ਸਕਦਾ, ਮੈਂ ਇਕੱਲਾ ਰਿਹਾ ਉਹਦੇ 'ਚ, ਸਿਰਫ 2 ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਿਕ ਦੇ ਵਿੱਚ, ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵਾਰਡ ਦੇ ਉੱਤੇ ਨਿਗਾਹ ਰੱਖਦਾ ਸੀਗਾ ਕਿ ਕੀ ਕਰ ਰਹੇ ਨੇ, ਸੈਰ ਕਰਦੇ ਨੇ, ਵਰਜਿਸ਼ ਕਰਦੇ, ਕੀ ਕਰਦੇ ਨੇ, ਉਦਾਸ ਤਾਂ ਨਹੀਂ ਹੈਗੇ। ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਬੈਰਿਕ ਦੇ,
ਵਿਚ ਇਜ਼ ਅਨਪ੍ਰੈਸੀਡੈਂਟਿਡ। ਉਹ ਮੇਰੀ ਲਾਈਫ, ਲਿਬਰਟੀ, ਮੇਰੀ ਇੰਡੀਪੈਂਡੈਂਸ 'ਤੇ ਜਿਹੜਾ ਸੀਗਾ ਸਿੱਧਾ ਹਮਲਾ। ਪਰ ਚਲੋ, ਇਹ ਸਭ ਕੁਛ ਹੋ ਗਿਆ। ਇਹ ਆਪਣੇ ਵੱਲੋਂ ਉਹਨਾਂ ਦਾ ਸੀਗਾ ਕਿ ਇਹਨੂੰ ਮੈਂਟਲ ਟੋਰਚਰ ਕਰੋ। ਪਰ ਮੈਂ ਜਿੱਦਾਂ ਕਿਹਾ ਨਾ, ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਬੇਅੰਤ ਹੈ, ਉਹ ਸੱਚ ਦਾ ਸਾਥ ਦਿੰਦਾ ਵਾ। ਕੂੜ ਨੂੰ ਕੁੱਟੇ ਨਾਨਕਾ, ਉੜਕ ਸੱਚ ਰਹੇ। ਸੱਚ ਨੇ ਸੱਚ ਹੀ ਰਹਿਣਾ, ਉਹਨੂੰ ਜਿੰਨਾ ਮਰਜ਼ੀ ਦਵਾਈ ਚੱਲੋ। ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਹਾਂ, ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲਿਆ ਵਾਂ। ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ, ਮੈਨੂੰ ਤਾਂ ਪਤਾ ਹੀ ਕੁਛ ਨਹੀਂ ਬਾਹਰ ਕੀ ਹੋ ਰਿਹਾ, ਮੈਂ ਜਦੋਂ ਬੈਠੂੰਗਾ ਆਪਣੇ ਪਰਿਵਾਰ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ, ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰਟੀਆਂ ਦੇ ਆਗੂ ਹਨ, ਮਤਲਬ ਸਰਪ੍ਰਾਈਜ਼ਿੰਗਲੀ BJP ਵਾਲਿਆਂ ਨੇ, ਅਕਾਲੀ ਦਲ ਵਾਲਿਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ, ਕਿਸਾਨ ਯੂਨੀਅਨਾਂ ਨੇ, ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ, ਜਿਹੜੀ ਮੇਰੀ ਸਪੋਰਟ ਨਾਲ। ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹਾਂ, ਹਲਕਾ ਭਲੱਥ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ, ਆਪਣੇ NRI ਵੀਰਾਂ ਭਰਾਵਾਂ ਦਾ ਸ਼ੁਕਰਗੁਜ਼ਾਰ। ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ 1-2 ਦਿਨ ਬਾਅਦ ਆਰਾਮ ਨਾਲ ਐਨਾਲਾਈਜ਼ ਕਰਕੇ। ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੋਬਲ ਗਿਰਾ ਕੇ ਤਾਂ ਮੈਨੂੰ ਕੋਈ ਤਸ ਤੋਂ ਮਸ ਕਰ ਸਕਦਾ। ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇਗੀ। ਆਈ ਡੋਂਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ, ਤੋਂ ਬੜੀ ਮਾੜੀ ਹਰਕਤ ਕੀਤੀ। ਹੋ ਸਕਦਾ ਕਿ ਮੈਨੂੰ ਦੇਖ ਕੇ ਉਹ ਸਵਾਦ ਲੈਂਦੇ ਹੋਣਗੇ ਜਿਹੜੇ, ਜਿਹਨਾਂ ਨੇ ਮੈਨੂੰ ਨਜ਼ਰਬੰਦ ਕੀਤਾ। ਬੜਾ ਕੁਛ ਕਹਿਣ ਵਾਲਾ ਮੈਂ ਹੁਣ ਤੁਹਾਨੂੰ 1-2 ਦਿਨ ਬਾਅਦ ਬਹੁਤ ਕੁਛ ਹੈ ਮੇਰੇ ਕੋਲ। ਸਾਰਾ ਕੁਛ ਮੈਂ ਤੁਹਾਨੂੰ ਦੱਸਿਆ, ਮੈਂ ਤਾਂ ਇੰਨੀ ਦੇਰ ਬੰਦ ਰਿਹਾ 110 ਦਿਨ, ਮੈਨੂੰ ਤਾਂ ਪਤਾ ਹੀ ਨਹੀਂ ਬਾਹਰ। ਮੈਨੂੰ ਨਾ ਪਹਿਲਾਂ ਕੋਈ, ਇੱਕ ਮਿੰਟ ਜੀ, ਮੈਨੂੰ ਕਾਫੀ ਚੀਜ਼ਾਂ ਤੋਂ ਵਾਂਝੇ ਰੱਖਿਆ ਗਿਆ ਵਾ ਇਹ ਸਾਰੀਆਂ ਗੱਲਾਂ। ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ, ਜਦੋਂ ਆਪਾਂ ਪਿੰਡ 'ਚ ਕੋਈ ਫਰਜ਼ ਕਰੋ ਕੋਈ ਤਕਰਾਰ ਹੋ ਗਿਆ, ਕੋਈ ਬਹਿਸ ਬਸਾਈਆ ਹੋ ਗਿਆ, ਜਦੋਂ ਅਗਲੇ ਮੂਰਖ ਬੰਦੇ ਕੋਲ ਦਲੀਲ ਮੁੱਕ ਜਾਂਦੀ, ਉਹ ਤੁਹਾਡੇ ਗਲ ਪੈਂਦਾ ਵਾ, ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ। ਇਹ ਪੰਜਾਬੀ ਵਿੱਚ ਇਹ ਮੇਰੇ 'ਤੇ ਜਿਹੜੇ ਮੁਕੱਦਮੇ ਨੇ, ਇਹ ਮੇਰੇ 'ਤੇ ਹੱਥੋਂ ਪਾਈ ਆ, ਮੇਰੇ 'ਤੇ ਫਿਜ਼ੀਕਲ ਅਟੈਕ ਹੋਇਆ ਵਾ, ਔਰ ਮੇਰੇ 'ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕੱਦਮੇ ਦੇ ਬਣਾਏ ਨੇ, ਉਹ ਮੈਂ ਸਭ ਨੂੰ ਲੜੂੰਗਾ। ਹਾਂ, ਸ਼ੁਰੂਆਤ ਇਹਨਾਂ ਨੇ ਕੀਤੀ ਹੈ, ਪਰ ਫਿਰ ਮੈਂ ਡਰ ਕੇ ਕਹਿੰਦਾ ਔਰ ਵਾਹਿਗੁਰੂ ਤੋਂ ਬਿਲਕੁਲ ਨਿੰਮ ਕੇ ਕਹਿੰਦਾ ਵਾਂ ਕਿ ਜੋ ਕੁਛ ਵੀ ਝੂਠ ਦਾ ਪੁਲੰਦਾ ਮੇਰੇ ਖਿਲਾਫ਼ ਘੜਿਆ ਗਿਆ, ਅਲਟੀਮੇਟ ਲੌਜੀਕਲ ਕੰਕਲੂਜਨ ਤਾਂ ਖਤਮ, ਉਸ ਦੀ ਸਪੋਰਟ ਨਾਲ, ਲੋਕਾਂ ਦੀ ਸਪੋਰਟ ਨਾਲ ਮੈਂ ਕਰੂੰਗਾ। ਦੇਖੋ, ਗੱਲ ਇਹ ਆ ਕਿ ਮੈਂ ਬਿਲਕੁਲ 100% ਬੇਗੁਨਾਹ ਸੀਗਾ। ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇਹ ਕੈਦ ਕੱਟਣੀ ਪਈ ਆ, ਔਰ ਅਫਸੋਸ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਨੂੰ ਸਜ਼ਾ ਕਰ ਦਿੰਦੇ, ਮੈਨੂੰ ਅੰਦਰ ਕਰ ਦਿੰਦੇ, ਜਿੰਨੇ ਮਰਜ਼ੀ ਪਰਚੇ ਦਰਜ ਕਰ ਦਿੰਦੇ। ਇਸ ਗੱਲ ਦਾ ਥੋੜ੍ਹਾ ਰੰਜ ਮੇਰੇ ਦਿਲ ਵਿੱਚ ਹੈਗਾ, ਨੰਬਰ 1। ਹੈਵਿੰਗ ਸੈਡ ਦੈਟ,